परसों जिहड़ा सरकार ने एक फैसला किया आ कि जिहड़ा पंजाब दीआं ट्रक यूनियन आ उन्हां नूं भंग कर दिता गया, क्योंकि पहला कैप्टन साहब दे टाइम ते नोटिफिकेशन होया जी, उस तों बाद साडे जदों उस तों बाद चरण सिंह चन्नी जी सीएम बणे ते उहनां ने ट्रक यूनियन जिहड़ियां उह बहाल कर दित्तियां सी, पर उहनां दी नोटिफिकेशन नहीं हो सकदी सी क्योंकि उस वेले इलैक्शन दा डिकलेयर हो गया सी। पर उस तों बाद हुण पुराना फैसला फिर लागू कर दिता गया जिहड़ा कि मैं समझना निंदनयोग आ। असी पंजाब दे मुख्यमंत्री तों मंग भी करदे आ कि जिहड़ा फैसला अपना वापस लैण ते जिहड़े ट्रक आपरेटर आ पंजाब दे इन्हां नूं तबाही वल नूं जाण तों बचाया जावे, क्योंकि पंजाब दे विच 93 134 ट्रक यूनियन ते लगभग 93,000 ट्रक सीगे जदों पिछे कांग्रेस दी सरकार दे विच ट्रक यूनियन भंग कीतियां, ते साडा 30,000 ट्रक जिहड़ा उह कुवाड़ 'च जिहड़ा मंडी गोबिंदगढ़ दी भट्ठियां दे विच फूकिया गया। पर अज पिछले लगभग 1.5-2 साल तों ट्रक आपरेटरां दा धंधा माड़ा जिहा लीह ते आ रिहा सी, सानूं आस सी कि नवीं सरकार आई आ ते जिहड़ा ट्रक आपरेटरां दा धंधा आ ते हौली हौली जिहड़ा लीह तों उतर गया दुबारा गड्डी लीह ते चढ़ूगी ते पंजाब दे विच फिर ट्रक आपरेटर जिहड़े आ ये बुलंदियां वल नूं जाणगे। पर जिथे सरकार ने पंजाब दे ट्रक आपरेटरां दा पहला नुकसान भी किया, कांग्रेस सरकार ने किया, हुण भी वह नुकसान है, पर उहदे नाल नाल ये वड्डा नुकसान जिहड़ा सरकार दे रेवीन्यू विच जिहड़ा मोटा असीं टैक्स दिंदे आ उहदे ते भी असर होणा आ। उस गल नूं देखदे होए असीं सरकार दे कोलों पहलां तां गल्लबात दा हल लभांगे वी गल्लबात करके जिहड़ी आ सरकार दे नाल कोई मसला हल होवे, उस तों बाद जे नहीं मसला हुंदा ते अपना हुणे ही मीटिंग करके उस तों बाद जिहड़ा संघर्ष दी रूपरेखा आ जिहड़ी उह लिखी जाऊगी वी किवें की करना आ उह सारे पहलां, पर असीं सरकार नूं ਗੱਲਬਾਤ ਲਈ ਸਮਾਂ ਦੇਵਾਂਗੇ, ਉਸ ਤੋਂ ਬਾਅਦ ਫਿਰ ਸੰਘਰਸ਼ ਦੀ ਆਰ ਪਾਰ ਦੀ ਲੜਾਈ ਦੀ ਸ਼ੁਰੂਆਤ ਕਰਾਂਗੇ। ਅੱਜ ਪੰਜਾਬ ਦੇ ਕੋਈ ਮੀਟਿੰਗ ਜਿਹੜੀ ਪਹਿਲਾਂ ਕੀਤੀ ਗਈ ਆ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਤੁਹਾਡੀ ਜਿਹੜੀ ਪੰਜਾਬ ਸਰਕਾਰ ਨਾਲ ਕੋਈ ਗੱਲ ਹੋਈ ਜਾਂ ਨਹੀਂ ਹੋਈ ਹੈਗੀ? ਨਹੀਂ, ਸਾਡੀ ਪੰਜਾਬ ਸਰਕਾਰ ਨਾਲ ਕੋਈ ਵੀ ਗੱਲ ਨਹੀਂ ਹੋਈ, ਕੋਈ ਮੀਟਿੰਗ ਨਹੀਂ ਕੀਤੀ ਗਈ, ਸਿਰਫ ਤੇ ਸਿਰਫ ਪੰਜਾਬ ਸਰਕਾਰ ਨੇ ਇੱਕ ਫੈਸਲਾ ਸੁਣਾਤਾ ਅਫਸਰ ਲੋਬੀ ਨੇ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਸੀਐਮ ਸਾਹਿਬ ਨੂੰ ਪਤਾ ਜਾਂ ਕਿ ਨਹੀਂ ਪਤਾ ਕਿ ਜਾਂ ਉਵੇਂ ਫੈਸਲਾ ਸੁਣਾਤਾ, ਕੋਈ ਇਹਨੂੰ ਲੈ ਕੇ ਹਲੇ ਤੱਕ ਕੋਈ। ਤੁਸੀਂ ਅੱਜ ਜਿਹੜੀ ਮੀਟਿੰਗ ਰੱਖ ਲਈ ਪਹਿਲਾਂ ਇਹ ਨਹੀਂ ਚਾਹੀਦਾ ਸੀਗਾ ਕਿ ਪਹਿਲਾਂ ਪੰਜਾਬ ਸਰਕਾਰ ਨਾਲ ਕੋਈ ਤੁਹਾਡਾ ਜਿਹੜੀ ਗੱਲਬਾਤ ਕਰਕੇ ਉਸ ਤੋਂ ਬਾਅਦ ਹੀ ਮੀਟਿੰਗ ਰੱਖੀ ਜਾਂਦੀ ਸੰਘਰਸ਼ ਬਾਰੇ? ਉਹਦੀ ਗੱਲ ਇਹ ਹੈ ਕਿ ਅਸੀਂ ਅੱਜ ਵੀ ਇਹ ਕੀਤੀ ਹੈ ਜੇ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਅਸੀਂ ਇਹ ਕਹਿੰਦੇ ਪਹਿਲਾਂ ਸਮਾਂ ਦਿੱਤਾ ਗੱਲਬਾਤ ਕਰਨ ਦਾ, ਪਰ ਆਪਣੇ ਟਰੱਕ ਆਪਰੇਟਰਾਂ ਨੂੰ ਇਸ ਮੰਚ ਤੇ ਇਕੱਠਾ ਤਾਂ ਕਰਨਾ ਪਊਗਾ ਵੀ ਆਪਾਂ ਕਿਵੇਂ ਲੜਾਈ ਲੜਨੀ ਆ, ਕੀ ਕਰਨਾ ਆ, ਉਹ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਸਰਕਾਰ ਨੇ ਸੁਣਿਆ ਤਾਂ ਲੜਾਈ ਲੜਨੀ ਪੈਣੀ ਹੈ, ਉਹਦੇ ਲਈ ਮੀਟਿੰਗ ਕਰਨੀ। ਜੇਕਰ ਹੈਪੀ ਜੀ ਪਹਿਲਾਂ ਗੱਲ ਕਰੀਏ ਜਦੋਂ ਕਾਂਗਰਸ ਦੀ ਸਰਕਾਰ ਸੀ, ਜਿਹੜਾ ਜਦੋਂ ਵੀ ਕੋਈ ਸੰਘਰਸ਼ ਦੇ ਵਿੱਚੋਂ ਕੋਈ ਸੰਘਰਸ਼ ਕਰਦੇ ਹਾਂ ਸਿੱਖਣ ਦਾ ਮੌਕਾ ਮਿਲਦਾ, ਜੇ ਕਿਸੇ ਪਿਛਲੇ ਸੰਘਰਸ਼ ਦੇ ਵਿੱਚ ਕੋਈ ਕਮੀਆਂ ਰਹਿ ਗਈਆਂ ਤੇ ਅਸੀਂ ਉਹ ਵੀ ਦੂਰ ਕਰਾਂਗੇ, ਵੱਡੀ ਲੜਾਈ ਲੜਾਂਗੇ ਜੇ ਸਰਕਾਰ ਨੇ ਪੰਜਾਬ ਦੀਆਂ ਟਰੱਕ ਆਪਰੇਟਰ ਯੂਨੀਅਨ ਨੂੰ ਫਿਰ ਬੁਲੰਦੀਆਂ 'ਚ ਨਾ ਖੜੇ ਕੀਤਾ ਤੇ ਸਰਕਾਰ ਨਾਲ ਆਰ ਪਾਰ ਦੀ ਵੱਡੀ ਲੜਾਈ ਲੜਾਂਗੇ। ਲੜਾਈ ਕਿਸ ਤਰ੍ਹਾਂ ਦੀ ਹੋਵੇਗੀ? ਲੜਾਈ ਬਸ ਸਮਾਂ ਆਉਣ ਦੇ, ਹੁਣ ਇਸ ਤੋਂ ਬਾਅਦ ਮੀਟਿੰਗ ਕਰਦੇ ਹਾਂ, ਵੱਡੀ ਲੜਾਈ ਲੜਾਂਗੇ ਜਿਹੜੀ ਸਰਕਾਰ ਨੂੰ ਇਹ ਸੋਚਣ 'ਤੇ ਮਜਬੂਰ ਕਰ ਦਾਂਗੇ ਕਿ ਟਰੱਕ ਆਪਰੇਟਰਾਂ ਦੀ ਗੱਲ ਕਰਾਂ। ਸਮੇਂ ਦੀਆਂ ਸਰਕਾਰਾਂ ਨੇ ਚਾਹੇ ਕੋਈ ਵੀ ਸਰਕਾਰ ਹੋਵੇ ਤਾਂ ਧੱਕਾ ਨਾਲ ਧੱਕਾ ਹੀ ਕੀਤਾ। ਪਹਿਲਾਂ ਅਕਾਲੀ ਵੀ ਭੰਗ ਕਰਨ ਲੱਗੇ ਸੀ, ਪਰ ਸਾਡੀ ਇੱਕ ਮੀਟਿੰਗ ਨੇ ਉਹਨਾਂ ਦਾ ਮਨ ਬਦਲਤਾ ਸੀ। ਉਸ ਤੋਂ ਬਾਅਦ ਜਦੋਂ ਕਾਂਗਰਸ 'ਚ ਸਰਕਾਰ ਆਈ ਤਾਂ 2017 'ਚ ਬੜੀਆਂ ਉਮੀਦਾਂ ਸੀ, ਪਰ ਕੈਪਟਨ ਨੇ ਵੀ ਜੋ ਬਹੁਤ ਹੀ ਇੱਕ ਨਾਦਰਸ਼ਾਹੀ ਫੈਸਲਾ ਸਾਡੇ 'ਤੇ ਲਾਗੂ ਕੀਤਾ ਕਿ ਪੰਜਾਬ ਦੀ ਇੰਡਸਟਰੀ ਬਰਬਾਦ ਹੋ ਰਹੀ ਹੈ, ਮੈਂ ਟਰੱਕ ਯੂਨੀਅਨ ਭੰਗ ਕਰ ਦਿੱਤੀਆਂ। ਬਰਬਾਦ ਤਾਂ ਕੀ ਹੋਣੀ ਸੀ, ਸਾਰੀ ਇੰਡਸਟਰੀ ਬਾਹਰ ਚਲ ਗਈ ਅਤੇ ਲੋਕਾਂ ਨੂੰ ਬੇਰੁਜ਼ਗਾਰ ਕਰਤਾ, 90,000 ਟਰੱਕ ਉੱਤੋਂ ਸਾਡਾ ਕੋਈ ਤੱਕ 30,000 ਟਰੱਕ ਕਵਾੜ 'ਚ ਵਿਕ ਗਿਆ। ਅਸੀਂ ਫਿਰ ਵੀ ਹੌਲ ਸਹਿਜੇ ਕੁਛ ਕਹਿ ਕਹਾ ਕੇ ਆਪਣੀਆਂ ਸੁਸਾਇਟੀਆਂ ਕਾਇਮ ਕੀਤੀਆਂ, ਪਰ ਬਹੁਤਾ ਕੋਈ ਮਸਲਾ ਹੱਲ ਨਹੀਂ ਹੋਇਆ। ਹੁਣ ਅਸੀਂ ਸੋਚਦੇ ਕਿ ਨਵੀਂ ਸਰਕਾਰ ਆਈ ਆ, ਲੋਕਾਂ ਦੀ ਸਰਕਾਰ ਆ, ਆਮ ਪਾਰਟੀ ਦੇ ਕਹਿੰਦੇ ਕਿ ਗਰਾਊਂਡ ਨਾਲ ਜੁੜੇ ਹੋਏ ਹਾਂ, ਪਰ ਇਹਨਾਂ ਨੇ ਵੀ ਚਾਹੇ ਭਗਵੰਤ ਮਾਨ ਨੇ, ਸੀਐਮ ਸਾਹਿਬ ਨੇ, ਚਾਹੇ ਅਫਸਰਾਂ ਨੇ, ਉਹਨਾਂ ਨੂੰ ਮਿਸਗਾਈਡ ਕੀਤਾ। 2 ਦਿਨ ਤੋਂ ਜੋ ਨਾਦਰਸ਼ਾਹੀ ਇਹ ਫੈਸਲਾ ਜੋ ਸਾਨੂੰ ਸੁਣਾਤਾ ਕਿ ਜੇ ਕੋਈ ਟਰੱਕ ਯੂਨੀਅਨ ਕੋਈ ਸੱਜੇ ਖੱਬੇ ਕਰਤਾ ਇੱਥੇ ਪਰਚਾ ਰਜਿਸਟਰ ਕਰੋ, ਇੱਥੇ ਕਾਨੂੰਨੀ ਕਾਰਵਾਈ ਕਰੋ, ਉਹਦੇ ਸੰਬੰਧ 'ਚ ਸਾਰਾ ਪੰਜਾਬ ਇੱਕਦਮ ਉੱਠ ਖੜਿਆ। ਸਾਡੇ ਟਰਾਂਸਪੋਰਟਰ ਭਰਾਲ ਵੱਖ ਵੱਖ ਯੂਨੀਅਨ ਤੋਂ, ਬਹੋਰ ਤੋਂ, ਕੋਟਕਪੂਰੇ ਤੋਂ, ਜੈਤ ਤੋਂ, ਪਟਿਆਲਾ, ਚੰਡੀਗੜ੍ਹ ਤੋਂ, ਨਵੇਂ ਸ਼ਹਿਰੋਂ, ਮੋਹਾਲੀ ਤੋਂ, ਸਾਰੇ ਵੱਖਰੇ ਵੱਖਰੇ ਆਲ ਪੰਜਾਬ ਸਾਡੇ ਹੈਪੀ ਸੰਧੂ ਜੀ ਪ੍ਰਧਾਨ ਨੇ, ਸਾਡੀ ਕੋਰ ਕਮੇਟੀ ਇੱਕ ਸਾਰੇ ਅੱਜ ਜਿਹੜੇ ਇੱਥੇ ਹਾਜ਼ਰ ਹੋਏ ਨੇ ਕੋਦਰ ਟਰੱਕ ਦੇ ਵਿੱਚ। ਪਹਿਲਾਂ ਤਾਂ ਅਸੀਂ ਸਰਕਾਰ ਨਾਲ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਾਂਗੇ, ਨਹੀਂ ਸਰਕਾਰ ਮੰਨੂਗੀ ਤਾਂ ਫਿਰ ਸੰਘਰਸ਼ ਦਾ ਰਾਹ ਜੋ ਸਾਡੀ ਪੰਜਾਬ ਲੈਵਲ 'ਤੇ ਤਿੱਖਾ ਸੰਘਰਸ਼ ਹੋਊਗਾ ਜੋ ਪਹਿਲਾਂ ਹੋਇਆ ਸੀ। ਇਸ ਕਰਕੇ ਸਰਕਾਰ ਨੂੰ ਪਹਿਲਾਂ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਜੋ ਇਹ ਟਰੱਕ ਯੂਨੀਅਨ ਜੋ ਚੰਨੀ ਸਾਹਿਬ ਬਹਾਲ ਕਰ ਗਿਆ ਸੀ, ਇਹਨਾਂ ਨੂੰ ਐਵੇਂ ਚੱਲਤ ਆਵੇ, ਕਿਸੇ ਰੋਟੀ 'ਤੇ ਲੱਤ ਨਾ ਮਾਰ, ਟਿੱਪੜ 'ਤੇ ਲੱਤ ਨਾ ਮਾਰੀ ਜਾਵੇ। ਇਹ ਧੰਦਾ ਬਹੁਤ ਪੁਰਾਣਾ ਆ, ਜ਼ਿਮੀਂਦਾਰ ਨਾਲ ਸੰਬੰਧਿਤ ਆ, ਕਿਸਾਨਾਂ ਨੂੰ ਵੀ ਨਾਲ ਜੋੜਾਂਗੇ, ਬਹੁਤ ਸਾਰਾ ਕਿਸਾਨ ਨਾਲ ਆ, ਔਰ ਇਹ ਸੰਘਰਸ਼ ਲਿਖਾਂਗੇ ਅਸੀਂ, ਔਰ ਸਰਕਾਰ 'ਤੇ ਆਪਣੇ ਕੰਨਾਂ ਕੋਲਾਂ 'ਤੇ ਉਹਨਾਂ ਦੇ। ਜੇਕਰ ਪ੍ਰਧਾਨ ਜੀ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਗਲਾ ਸੰਘਰਸ਼ ਕੀ ਹੋਵੇਗਾ? ਅਗਲਾ ਸੰਘਰਸ਼ ਜੋ ਸਾਡੀ ਪੰਜਾਬ ਲੈਵਲ 'ਤੇ ਕੋਰ ਕਮੇਟੀ ਬੈਠੀ ਆ ਜੋ ਫੈਸਲਾ ਕਰੂਗੀ।
उस फैसले से पुर चढ़ावे साड़ी जो कमेटी जो लोगों ने करना लोगों ने ही करना लोगों ने ही करना जो प्रोग्राम देने उस प्रोग्राम असं सिर्फ निपले चढ़ा सरकार किन्ने देर का अल्टीमेटम दिता सरकार जो सा फैसला होगा 10-15 मिनट फैसला तुम दसता जाऊगा जो फैसला करे सा कमेटी बैठी जो फैसला करूगी असं तुम दस देवे पत्रकार साहब धन्यवाद।